ਸੁਖਵੰਤ ਸਿੰਘ ਜੀ ਜਲਾਲਾਬਾਦ, ਬਾਬਾ ਸੁਖਵੰਤ ਸਿੰਘ ਜੀ, ਉਹਨਾਂ ਤੋਂ ਉਪਰੰਤ ਹਰਦੀਪ ਸਿੰਘ ਪਟਿਆਲਾ, ਕਿਸਾਨ ਯੂਨੀਅਨ ਰਾਜੇਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਪਿਛਲੇ 8 ਮਹੀਨਿਆਂ ਤੋਂ ਇਸ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਸੰਘਰਸ਼ ਕਰ ਰਹੇ ਗੁਰੂ ਪਿਆਰਿਓ, ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਵਣ ਕਰ ਰਹੇ ਸੀ ਬੁਲਾਰਿਆਂ ਤੋਂ ਕਿ ਮੋਦੀ ਜਿਹੜਾ ਹੈ ਇਹੋ ਜਿਹਾ ਕੋਈ ਪਹਿਲਾਂ ਹੰਕਾਰੀ ਜਾਂ ਸਖਤ ਬਾਦਸ਼ਾਹ ਜਾਂ ਹੁਕਮਰਾਨ ਨਹੀਂ ਹੋਇਆ, ਪਰ ਗੁਰੂ ਪਿਆਰਿਓ ਸਾਡੇ ਇਤਿਹਾਸ ਦੇ ਵਿੱਚ ਇਹਦੇ ਨਾਲੋਂ ਵੀ ਬੜੇ ਬੜੇ ਜ਼ਾਲਮ ਹਾਕਮ ਉਹ ਰਾਜ ਕਰਕੇ ਚਲੇ ਗਏ। ਜੇ ਔਰੰਗਜ਼ੇਬ ਦੀ ਲਾਓ ਤਾਂ ਉਹਨੇ ਗੱਲ ਕਹੀ ਸੀ ਕਿ ਮੈਂ ਇਸ ਹਿੰਦੁਸਤਾਨ ਦੇ ਵਿੱਚ ਇੱਕੋ ਇੱਕ ਧਰਮ ਉਹ ਰਹਿਣ ਦਊਂਗਾ, ਉਹ ਹੋਊਗਾ ਮੁਸਲਮਾਨ। ਅਤੇ ਕਿਸੇ ਸ਼ਾਇਰ ਨੇ ਕਹੀ ਸੀ, ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁਣਤ ਹੋਤੀ ਸਭ ਕੀ। ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਉਹਨੂੰ ਮੂੰਹ ਤੋੜ ਜਵਾਬ ਦਿੱਤਾ। ਇਸ ਸੰਸਾਰ ਦੇ ਉੱਤੇ ਹਾਕਮ ਹੋ ਕੇ ਚਲ ਗਏ ਮੀਰ ਮਨੂ ਵਰਗੇ, ਜਿਹੜਾ ਮੀਰ ਮਨੂ ਕੀ ਆਉਂਦਾ ਸੀ ਕਿ ਇਹਨਾਂ ਦੀਆਂ ਛੋਟੇ ਛੋਟੇ ਬੱਚੇ ਉਹਨਾਂ ਨੂੰ ਉਹਨਾਂ ਦੇ ਟੋਟੇ ਕਰਕੇ ਗਲਾਂ 'ਚ ਬੀਬੀਆਂ ਦੇ ਹਾਰ ਪਾਏ, ਲਾਹੌਰ ਅਤੇ ਆਪਣਾ ਪੱਟੀ ਦੀਆਂ ਜੇਲ੍ਹਾਂ ਅੱਜ ਤੱਕ ਮੌਜੂਦ ਹਨ, ਅਤੇ ਗਲਾਂ 'ਚ ਹਾਰ ਪਾ ਕੇ ਉਹਨਾਂ ਦੇ ਛੋਟੇ ਛੋਟੇ ਬੱਚੇ ਨੇਜਿਆਂ 'ਤੇ ਟੰਗ ਕੇ ਐਸਾ ਜ਼ੁਲਮ ਕੀਤਾ ਕਿ ਇਹ ਕੌਮ ਡਰ ਜਾਵੇਗੀ, ਖਤਮ ਹੋ ਜਾਵੇਗੀ। ਅਤੇ ਉਹ ਬੀਬੀਆਂ ਪਤਾ ਕੀ, ਸ਼ਾਮ ਨੂੰ ਜਦੋਂ ਰਹਿਰਾ ਸਾਹਿਬ ਜੀ ਦਾ ਪਾਠ ਹੁੰਦਾ ਸੀ ਅਤੇ ਉਸ ਸਮੇਂ ਉਹ ਇੱਕ ਸ਼ਬਦ ਧਾਰਨਾ ਦੇ ਵਿੱਚ ਪੜ੍ਹਦੀਆਂ ਸੀ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੜਦਾ ਅਸੀਂ ਦੂਣੇ ਚੌਣੇ ਹੋਏ। ਇਹ ਸਾਡਾ ਇਤਿਹਾਸ ਹੈ ਗੁਰੂ ਪਿਆਰਿਓ। ਅਤੇ ਸ਼ਾਮ ਨੂੰ ਜਿਸ ਵੇਲੇ ਉਹਨੇ ਜਾ ਕੇ ਕਹਿਣਾ ਕਿ ਸ਼ਾਮ ਨੂੰ ਵੇਖੋ ਇਹ ਕੀ ਆਉਂਦੀਆਂ ਹਨ, ਅਰਦਾਸ ਦੇ ਵਿੱਚ ਪਤਾ ਉਹ ਬੀਬੀਆਂ ਕੀ ਆਉਂਦੀਆਂ ਸੀ, ਸੱਚੇ ਪਾਤਸ਼ਾਹ ਤੇਰੇ ਭਾਣੇ ਚਾਰ ਪੈਰ ਦੇਣ, ਸੁੱਖ ਦਾ ਬਤੀਤ ਹੋਇਆ, ਅੱਗੇ ਚਾਰ ਪੈਰ ਰਹਿਣ ਜਿਹੜੀ ਆਈ ਹੈ ਉਹ ਸੁੱਖ ਦੀ ਬਤੀਤ ਕਰਵਾਇਓ। ਸੁਣ ਕੇ ਮੂੰਹ ਦੇ ਵਿੱਚ ਉਂਗਲਾਂ ਪਾ ਗਏ ਹਾਕਮ ਕਿ ਕਿਹੋ ਜਿਹੀ ਕੌਮ ਹੈ, ਸਾਰਾ ਦਿਨ ਇਹਨਾਂ ਦੇ ਬੱਚੇ ਨੇਜਿਆਂ ਦੇ ਟੰਗੇ, ਸਾਰਾ ਦਿਨ ਗਲਾਂ 'ਚ ਹਾਰ ਟੋਟੇ ਪਾ ਕੇ ਕਰਕੇ ਪਾਏ ਗਏ, ਅਤੇ ਇਹ ਕਹਿੰਦੀਆਂ ਹਨ ਸੁੱਖ ਦਾ ਬਤੀਤ ਹੋਇਆ। ਇਹ ਸਾਡਾ ਇਤਿਹਾਸ ਹੈ, ਸਾਡਾ ਵਿਰਸਾ ਹੈ। ਫਿਰ ਇੱਕ ਸਮਾਂ ਆਇਆ ਗੁਰੂ ਪਿਆਰਿਓ, ਹਾਕਮ ਆਇਆ ਜ਼ਕਰੀਆ ਖਾਂ। ਜ਼ਕਰੀਆ ਖਾਂ ਨੇ ਕੀ ਕੀਤਾ, ਭਾਈ ਤਾਰੂ ਸਿੰਘ ਜੀ, ਇਤਿਹਾਸ ਦੇ ਵਿੱਚ ਇੱਕ ਸਿੱਖ ਦੀ ਗੱਲ ਆਉਂਦੀ ਹੈ, ਉਹ ਬ੍ਰਹਮ ਗਿਆਨੀ, ਉਹਦੀ ਗੱਲ ਆਉਂਦੀ ਹੈ। ਉਹਨੂੰ ਕੀ ਕੀਤਾ ਕਿ ਉਹਨੂੰ ਗ੍ਰਿਫਤਾਰ ਕਰਕੇ ਉਹਨੂੰ ਸਿੱਖੀ ਖਤਮ ਕਰਨ ਵਾਸਤੇ ਉਹਦੇ ਕੇਸ ਕਤਲ ਕਰਨ ਲੱਗੇ। ਜਦੋਂ ਕੇਸ ਕਤਲ ਕਰਨ ਲੱਗੇ, ਕੇਸ ਕਤਲ ਨਹੀਂ ਹੋਏ, ਜ਼ੋਰ ਲਾ ਕੇ ਮਰ ਗਏ। ਖੋਪੜੀ ਉਤਾਰਨ ਦਾ ਹੁਕਮ ਦੇ ਦਿੱਤਾ, ਖੋਪੜੀ ਉਤਾਰ ਦਿੱਤੀ। ਅਤੇ ਉਸ ਸਿੱਖ ਨੇ ਕੀ ਗੱਲ ਕਹੀ ਸੀ, ਅੱਜ ਤੂੰ ਜ਼ਾਲਮ ਹੈ, ਅੱਜ ਤੂੰ ਹਾਕਮ ਬਣ ਕੇ ਜ਼ੁਲਮ ਕਰ ਰਿਹਾ ਹੈ, ਪਰ ਇੱਕ ਦਿਨ ਸ਼ਮਾਂ ਆਊਗਾ, ਤੈਨੂੰ ਮੈਂ ਛਿੱਤਰ ਦੇ ਨਾਲ ਲਾ ਕੇ ਅੱਗੇ ਖੜੂੰਗਾ, ਉਸ ਦਰਗਾਹ ਦੇ ਵਿੱਚ ਜਾ ਕੇ ਹਿਸਾਬ ਹੋਊਗਾ ਗੁਰੂ ਪਿਆਰਿਓ। ਅਤੇ ਉਹ ਸਮਾਂ ਆਇਆ, ਉਹ ਸਮਾਂ ਆਇਆ। ਉਦੋਂ ਸੁਣ ਕੇ ਕਹਿੰਦੇ ਸੀ ਕਿੱਦਾਂ ਛਿੱਤਰ ਦੇ ਨਾਲ ਲਾ ਕੇ ਅੱਗੇ ਖੜੂਗਾ ਇਹ, ਸਾਰੇ ਕਹਿੰਦੇ ਹੋ ਹੀ ਨਹੀਂ ਸਕਦਾ, ਪਰ ਸਮਾਂ ਆਇਆ ਗੁਰੂ ਪਿਆਰਿਓ। ਉਹਨੂੰ ਐਸਾ ਪਿਸ਼ਾਬ ਦਾ ਬੰਨ ਪਿਆ ਅਤੇ ਇਲਾਜ ਕਰਾ ਕੇ ਸਾਰੇ ਹਟ ਗਿਆ, ਕਿਤੋਂ ਇਲਾਜ ਨਾ ਹੋਇਆ। ਅਖੀਰ ਗੁਰੂ ਕੇ ਸਿੱਖਾਂ ਨੇ ਕਿਹਾ
जा जा के जिहड़ा बचन कहा है भाई तारू सिंह जी ने उहदा छित्तर लिया, उहदा छित्तर मंगा ते छित्तर मंगा के तेरा बन टुटेगा। गुरु प्यारिओ छित्तर लिआंदा गया, इहदे सिर च छित्तर मारे गए ते ज्यों ज्यों छित्तर मारदे सी इहदा बन जिहड़ा सी खुल गया ते इहनूं आराम मिलिआ ते खीर जुत्तियां खांदा खांदा इस संसार तों चला गया ते उधर भाई तारू सिंह जी शहीद हो गए। इहो जिहा साडा इतिहास है। ये मोदी शोदी की चीज़ आ तो दे ढाडे अगे गुरु प्यारिओ इहनूं जुत्तियां नाल अगे ला के जे इत्थे हिसाब हो गया ते सही है, नहीं तो दरगाह दे विच इहदा हिसाब होऊगा। इहदे कोई भी चीज़ नहीं। अज तुहाडे संघर्ष ने असीं पिछले 8 महीनों तो वध समा गुरु प्यारिओ जिहड़ा पिछे पंजाब दे विच भी संघर्ष चलिया उत्थे भी योगदान पाउंदे रहे ते इत्थे आ के 8 महीने हो जाणे 26 तरीक नूं ਵੱਧ ਤੋਂ ਵੱਧ ਯੋਗਦਾਨ ਪਾਇਆ ਤੁਸੀਂ ਸਾਰਿਆਂ ਨੇ ਅਤੇ ਅੱਜ ਇਹੋ ਜਿਹੀ ਨੌਬਤ ਆ ਗਈ ਆ। ਇਹਨੂੰ ਖੁੱਡ ਦੇ ਵਿੱਚ ਬੰਦ ਕਰ ਦਿੱਤਾ ਤੁਸੀਂ ਖੁੱਡ ਦੇ ਵਿੱਚ, ਕਿਉਂ ਨਹੀਂ ਤਾਂ ਇੱਕ ਦੇਸ਼ 'ਚ ਜਾਂਦਾ ਸੀ ਅਮਰੀਕਾ ਕਨੇਡਾ ਇੰਗਲੈਂਡ, ਇਹ ਉਤਰਦਾ ਹੀ ਨਹੀਂ ਸੀ ਜਹਾਜ਼ ਤੋਂ, ਕਦੀ ਕਿਸੇ ਦੇਸ਼ ਚਲੇ ਜਾਣਾ ਕਦੀ ਕਿਸੇ ਦੇਸ਼ ਚਲੇ ਜਾਣਾ, ਤੁਸੀਂ ਇਹਨੂੰ ਸੀਮਿਤ ਕਰ ਦਿੱਤਾ ਉੱਥੇ ਰਹਿਣ ਤੋਂ ਮਜਬੂਰ ਕਰ ਦਿੱਤਾ। ਇਹ ਤੁਹਾਡੀ ਕਾਮਯਾਬੀ ਹੈ, ਵੱਡੀ ਬਹੁਤ ਵੱਡੀ ਕਾਮਯਾਬੀ ਹੈ। ਇਹਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ, ਅੱਜ ਇਹਦੀ ਬੋਲਤੀ ਬੰਦ ਕਰਾ ਦਿੱਤੀ ਗੁਰੂ ਪਿਆਰਿਓ, ਇਹਨੂੰ ਬੋਲਣ ਵੀ ਨਹੀਂ ਦੇਣ ਡੈ। ਇਹੋ ਜਿਹਾ ਕਿਹੋ ਜਿਹਾ ਇਹ ਰਾਜਾ ਤੁਸੀਂ ਆਪ ਦੇਖ ਲਓ ਇਹਦੀ ਹਾਲਤ ਕੀ ਹੋ ਰਹੀ ਹੈ। ਅਗਾਉਣ ਵਾਲਾ ਸਮਾਂ ਜੇ ਤਾਂ ਇਹਨੇ ਮੰਨ ਲਿਆ ਤਾਂ ਬੜਾ ਵਧੀਆ ਠੀਕ ਹੈ, ਕਿਉਂਕਿ ਅਸੀਂ ਵੀ ਚੁੱਪ ਕਰਕੇ ਆਰਾਮ ਦੇ ਨਾਲ ਬੈਠ ਜਾਵਾਂਗੇ। ਜੇ ਨਾ ਮੰਨਿਆ ਤਾਂ ਹਾਲਾਤ ਇਹੋ ਜਿਹੇ ਬਣ ਜਾਣੇ ਗੁਰੂ ਪਿਆਰਿਓ, ਇਹਨਾਂ ਨੂੰ ਕਿਸੇ ਨੇ ਪਿੰਡ ਦੇ ਵਿੱਚ ਨਹੀਂ ਵੜਨ ਦੇਣਾ, ਇਹਨਾਂ ਨੂੰ ਇਲੈਕਸ਼ਨ ਵਾਲੀ ਕਿਸੇ ਨੇ ਘਰਾਂ ਦੇ ਵਿੱਚ ਨਹੀਂ ਵੜਨ ਦੇਣਾ। ਇਹੋ ਜਿਹੇ ਹਾਲਾਤ ਪੈਦਾ ਇਲੈਕਸ਼ਨਾਂ ਕਹਿੰਦੇ ਜਿਨ੍ਹਾਂ 'ਚ ਜਿਹੜੇ ਸੰਘਰਸ਼ ਜਿੱਤਿਆ ਨੇ, ਜਿਹੜਾ ਇਹਨਾਂ ਨੇ ਕੋਸ਼ਿਸ਼ ਕਰਨੀ ਆ ਅੱਜ ਜਾਗਰੂਆਂ ਨੇ ਪੰਜਾਬ ਦੇ ਵਿੱਚ ਤਾਂ ਇਹੋ ਜਿਹਾ ਮਾਹੌਲ ਬਣ ਜਾਣਾ, ਇਲੈਕਸ਼ਨ ਹੋਣ ਹੀ ਨਹੀਂ ਦੇਣੀ ਕਿਸੇ ਨੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਗੁਰੂ ਪਿਆਰਿਓ ਇਹੋ ਜਿਹੀ ਹਾਲਾਤ ਬਣ ਜਾਣੀ ਜੇ। ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ, ਅਸੀਂ ਪਿਛਲੇ 8 ਮਹੀਨੇ ਤੋਂ ਇਹ ਜਿੱਥੇ ਰਸੋਈ ਢਾਬੇ ਦੇ ਅਗਲੇ ਬੰਨੇ ਉੱਥੇ ਕੈਂਪ ਲਾ ਕੇ ਬੈਠੇ ਹਾਂ, ਸਮੇਂ ਸਮੇਂ ਸਿਰ ਉੱਥੇ ਹਾਜ਼ਰੀ ਭਰਦੇ ਹਾਂ। ਗੁਰੂ ਪਿਆਰਿਓ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਜੀ ਜੋ ਟਾਂਡਾ ਸਾਹਿਬ ਜੋ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਨ, ਉਹ ਬੜਾ ਉਹਨਾਂ ਦਾ ਉੱਦਮ ਹੈ, ਪਰਸੋਂ ਬੜਾ ਵੱਡਾ ਜਥਾ ਲੈ ਕੇ ਆਏ, ਨਾਲ ਅਸੀਂ ਵੀ ਬੜਾ ਨਾਲ ਉਹਨਾਂ ਦੇ ਸਹਿਯੋਗ ਦਿੱਤਾ। ਸਾਡੇ ਨਗਰ 'ਚੋਂ ਪਰਸੋਂ ਵੀ ਬਹੁਤ ਵੱਡਾ ਜਥਾ ਨਾਲ ਗੁਰੂ ਕੇ ਪਿਆਰੇ ਆਏ, ਭਾਈ ਸਾਹਿਬ ਸਿੰਘ ਜੀ, ਭਾਈ ਬਲਵੰਤ ਸਿੰਘ ਜੀ, ਸੂਬੇਦਾਰ ਸਾਹਿਬ, ਇਸੇ ਤਰ੍ਹਾਂ ਮਲਕੀਤ ਸਿੰਘ ਜੀ, ਭਾਈ ਹਰਦੇਵ ਸਿੰਘ ਜੀ, ਭਾਈ ਬਿਕਰਮਜੀਤ ਸਿੰਘ ਜੀ, ਅਨੇਕਾਂ ਹੀ ਨਾਲ ਜਥੇ ਦੇ ਆਏ। ਇੱਥੇ ਹੀ ਬੱਸ ਨਹੀਂ, ਬਾਹਰਲੇ ਦੇਸ਼ਾਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ ਸਿਆਟਲ ਜੀ ਵਾਸਤੇ, ਉਹ ਹਰ ਸਮੇਂ ਇਹ ਪ੍ਰੋਗਰਾਮ ਲਾਈਵ ਦੇਖਦੇ ਹਨ ਜਿਨ੍ਹਾਂ ਤੋਂ ਬੈਠੇ ਹਾਂ ਆਪਾਂ। ਸੋ ਨਾਲ ਭਾਈ ਇੰਦਰਜੀਤ, ਇਸੇ ਤਰ੍ਹਾਂ ਭਾਈ ਮੰਗਵੀਰ ਸਿੰਘ ਜੀ ਕੈਨੇਡਾ, ਇਸੇ ਤਰ੍ਹਾਂ ਭਾਈ ਮੰਗਵੀਰ ਸਿੰਘ ਜੀ ਕੈਨੇਡਾ, ਭਾਈ ਅਜਮੇਰ ਸਿੰਘ ਜੀ ਕੈਨੇਡਾ, ਉਹ ਬੈਠੇ ਦੇਖਦੇ ਹਨ ਕਿ ਕਦੋਂ ਸਮਾਂ ਆਵੇ ਕਿ ਸਾਡੇ ਜਿਹੜੇ ਵੀਰ ਹਨ ਉਹ ਇਹ ਅੰਦੋਲਨ ਫਤਿਹ ਕਰਨ ਅਤੇ ਅਸੀਂ ਖੁਸ਼ੀ ਦੇ ਨਗਾਰੇ ਵਜਾਈਏ। ਉਹ ਸਮਾਂ ਦੂਰ ਨਹੀਂ ਗੁਰੂ ਪਿਆਰਿਓ, ਦੇਰ ਹੈ ਅੰਧੇਰ ਨਹੀਂ ਹੈ। ਇਹ ਗੁਰੂ ਦੇ ਘਰ ਦੇ ਵਿੱਚ ਇਹ ਅਰਦਾਸਾਂ ਜਿੰਨੀਆਂ ਹੋ ਰਹੀਆਂ ਹਨ, ਪਿੰਡ ਪਿੰਡ ਹਰ ਇੱਕ ਸਿੱਖ ਜਿੱਥੇ ਬੈਠਾ ਹੈ ਢਾਡੀਆਂ ਚੜ੍ਹਦੀਆਂ ਕਲਾਂ ਦੀਆਂ ਅਰਦਾਸਾਂ ਹੋ ਰਹੀਆਂ ਹਨ। ਇੱਕ ਦਿਨ ਸਮਾਂ ਆਵੇਗਾ, ਫਤਿਹ ਆਪਣੇ ਕਦਮ ਚੁੱਭੇਗੀ, ਤਗੜੇ ਹੋ ਕੇ ਆਪਾਂ ਸੰਯੋਗ ਦੇਈਏ। ਵੱਧ ਤੋਂ ਵੱਧ ਇੱਥੇ ਗਿਣਤੀ ਜਿਹੜੀ ਹੈ, ਆਉਣ ਵਾਲਾ ਸਮਾਂ ਜਿਹੜਾ ਹੈ ਤੁਸੀਂ ਆਪ ਵੇਖ ਲੈਣਾ, ਸਭ ਤਿਆਰ ਹਨ, ਕੋਈ ਵੀ ਐਸਾ ਨਹੀਂ ਹੈ ਜਿਹੜਾ ਕਹਿੰਦਾ ਮੈਂ ਨਹੀਂ ਜਾਣਾ। ਹਰ ਇੱਕ ਕਹਿੰਦਾ ਹੈ ਮੈਂ ਜਾ ਕੇ ਉੱਥੇ ਬੈਠਾਂਗਾ। ਸਿਆਲ ਨੂੰ ਫਿਰ ਉਸੀਆਂ ਰੌਣਕਾਂ ਹੋ ਜਾਣਗੀਆਂ ਜਿਹੜੀਆਂ ਪਿਛਲੇ ਸਿਆਲ ਵਿੱਚ ਰੌਣਕਾਂ ਸਨ। ਗੁਰੂ ਪਿਆਰਿਓ ਇਹਨੂੰ ਮੰਨਣਾ ਪੈਣਾ ਹੈ, ਇਹਨੂੰ ਮੰਨਣਾ ਪੈਣਾ ਹੈ। ਖੀਰ ਆਪਣੀ ਜਿੱਤ ਹੋਵੇਗੀ ਅਤੇ ਫਤਿਹ ਆਪਣੀ ਹੋਵੇਗੀ। ਇਹ ਜਾ ਲਿਓ, ਗੁਰੂ ਕਿਰਪਾ ਕਰੇ, ਤਪ ਕਰਦੇ ਜੇ ਤੁਸੀਂ ਤਪ ਦਾ ਅਖੀਰ ਫਲ ਮਿਲਣਾ ਹੈ। ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਓ, ਗੱਜ ਕੇ ਸਾਰੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।